ਮਿੱਟੀ ਦੇ ਨਾਲ ਭਰੇ ਇੱਕ ਟਿੱਪਰ ਦੇ ਵੱਲੋਂ ਇੱਕ ਸਕੂਟੀ ਨੂੰ ਟੱਕਰ ਮਾਰੀ ਗਈ ਹੈ, ਜਿਸ ਦੇ ਵਿੱਚ ਔਰਤ ਦੀ ਮੌਤ ਹੋ ਗਈ ਹੈ ਤੇ ਜਦਕਿ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਰੈੱਡ ਲਾਈਟ ਹੋਈ ਪਈ ਸੀ ਤੇ ਸਾਰੇ ਉੱਥੇ ਹੀ ਖੜੇ ਸੀ, ਜਿਸ ਤੋਂ ਬਾਅਦ ਪਿੱਛੋਂ ਆ ਰਹੇ ਇੱਕ ਮਿੱਟੀ ਦੇ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਇਹਨਾਂ ਐਕਟਿਵਾ ਸਵਾਰਾਂ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਇਹਨਾਂ ਨੂੰ ਦਰੜਦਾ ਹੋਇਆ ਕਾਫ਼ੀ ਅੱਗੇ ਤੱਕ ਲੰਘ ਜਾਂਦਾ, ਜਿਸ 'ਚੋਂ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਭਿਆਨਕ ਹਾਦਸਾ ਫਾਜ਼ਿਲਕਾ ਦੇ ਵਿੱਚ ਵਾਪਰਿਆ, ਜਿੱਥੇ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਦੋ ਬੱਚੇ ਆਪਣੀ ਬੂਆ ਨੂੰ ਛੱਡਣ ਦੇ ਲਈ ਘਰ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਕਿ ਜੋ ਜ਼ਖਮੀ ਬੱਚੇ ਹੋਏ ਨੇ ਉਹ ਇੱਕ ਪਿੰਡ ਦੇ ਸਰਪੰਚ ਦੇ ਬੱਚੇ ਦੱਸੇ ਜਾ ਰਹੇ ਨੇ, ਜਦਕਿ ਇੱਕ ਜੋ ਔਰਤ ਦੀ ਮੌਤ ਹੋਈ ਆ ਉਹ ਸਰਪੰਚ ਦੀ ਭੈਣ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੋ ਟਿੱਪਰ ਦਾ ਚਾਲਕ ਸੀ ਉਸਨੂੰ ਵੀ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਉਸਦੀ ਵੀ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਉਸਨੇ ਦੱਸਿਆ ਕਿ ਉਸਦਾ ਕੋਈ ਵੀ ਕਸੂਰ ਨਹੀਂ ਹੈ, ਉਸਦੇ ਬਿਲਕੁਲ ਹੀ ਟਿੱਪਰ ਦੇ ਨਾਲ ਲਿਆ ਕੇ ਕਿਹਾ ਜਾ ਰਿਹਾ ਕਿ ਇਹ ਐਕਟਿਵਾ ਸਵਾਰਾਂ ਦੇ ਵੱਲੋਂ ਐਕਟਿਵਾ ਨਾਲ ਲਾ ਦਿੱਤੀ ਗਈ, ਜਿਸ ਤੋਂ ਬਾਅਦ ਉਹ ਚੱਲਣ ਲੱਗਿਆ ਤਾਂ ਉਹ ਇਸਦੇ ਹੇਠਾਂ ਆ ਗਏ, ਪਰ ਪੁਲਿਸ ਦੇ ਵੱਲੋਂ ਹੁਣ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਲਾਬ ਸਿੰਘ ਝੁੱਗਿਆਂ ਦੇ ਰਹਿਣ ਵਾਲੇ ਜੀ, ਜੋ ਕਿ ਪਿੰਡ ਇਹਨਾਂ ਦਾ ਇੰਟੈਕਸ ਨਾਲ ਪੈ ਜਾਂਦਾ, ਸਰਪੰਚ ਸਾਹਿਬ ਹੈਗੇ ਨੇ ਰਜਿੰਦਰ ਸਿੰਘ ਸਰਪੰਚ, ਉਹਨਾਂ ਦੇ ਬੱਚੇ ਨੇ, ਜੋ ਕਿ ਉਹਨਾਂ ਟ੍ਰੀਟਮੈਂਟ ਚੱਲ ਰਿਹਾ, ਪੁਲਿਸ ਆਈ ਆਪਣੀ ਵੈਰੀਫਾਈ ਕਰ ਰਹੀ, ਕਾਰਵਾਈ ਕਰ ਰਹੀ। ਨਾਮ ਬੱਚਿਆਂ ਦਾ ਮੈਨੂੰ ਨਹੀਂ ਯਾਦ ਹੈਗਾ ਜੀ, ਬਸ ਓਨਲੀ ਰਜਿੰਦਰ ਸਿੰਘ ਸਰਪੰਚ ਦਾ ਮੈਨੂੰ ਪਤਾ, ਬਾਕੀ ਉਹ ਇਹਨਾਂ ਦੇ ਸਿਸਟਰ ਸੀਗੇ ਸਰਪੰਚ ਸਾਹਿਬ ਦੇ, ਇਹ ਉਹਨਾਂ ਦਾ ਬੱਚਾ ਜਿਹਨਾਂ ਦੀ ਡੈਥ ਹੋਈ ਹੈ, ਉਹ ਉਹਨਾਂ ਦੀ ਬੇਟੀ ਹੈ ਰਜਿੰਦਰ ਸਿੰਘ। ਇਹ ਫਾਈਲ ਕੇ ਰਹਿ ਰਹੇ ਨੇ ਵੈਸੇ ਆਪਣੇ ਐਮ ਸੀ ਕਲੋਨੀ, ਮੈਥੋਂ ਅਜੇ ਤਾਂ ਭੂਆ ਨੂੰ ਛੱਡਣ ਚੱਲੇ ਸੀ, ਭੂਆ ਨੂੰ ਛੱਡਣ ਚੱਲੇ ਸੀਗੇ ਅਤੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ। ਪਤਾ ਨਹੀਂ, ਇਹਨਾਂ ਨਹੀਂ ਪਤਾ ਵੀ ਕਿੱਥੇ ਜਾਣਾ ਸੀ, ਕਿੱਥੇ ਜਾਣਾ। ਮੈਂ ਵੀ ਅਮਰ ਬਾਜ਼ਾਰ ਜਾਣਾ ਸੀ, ਸ਼ਹਿਰ ਬਾਜ਼ਾਰ ਚੱਲੇ ਸੀਗੇ, ਐਜਸਟ ਮੈਨੂੰ ਬੁਲਾਇਆ ਗਿਆ, ਮੈਂ ਆਇਆ, ਹੁਣ ਦੇਖਣਾ ਹੀ ਹੈ ਕੀ ਹੋਇਆ ਕੀ ਹੋਇਆ। ਹੁਣ ਹਾਲਾਤ ਦੋ ਬੱਚੇ ਤਾਂ ਸੱਟਾਂ ਲੱਗੀਆਂ ਹੋਈਆਂ ਨੇ, ਮੁੰਡੇ ਦਾ ਪੈਰ ਫ੍ਰੈਕਚਰ, ਛੋਟੇ ਦਾ ਪਿੱਛੇ ਮੁੰਡਾ ਹੈ ਲੱਗਦਾ, ਅਤੇ ਗੁੜੀਆਂ ਨੂੰ ਕਾਫੀ ਸੱਟਾਂ ਲੱਗੀਆਂ ਨੇ, ਅਤੇ ਜਿਹੜਾ ਉਹਨਾਂ ਦੀ ਸਿਸਟਰ ਸੀਗੀ ਉਹਨਾਂ ਸ਼ਾਇਦ ਡੈਥ ਹੋ ਸੀ। ਮਿੱਟੀ ਦੇ ਨਾਲ ਭਰੇ ਇੱਕ ਟਿੱਪਰ ਦੇ ਵੱਲੋਂ ਇੱਕ ਸਕੂਟੀ ਨੂੰ ਟੱਕਰ ਮਾਰੀ ਗਈ ਹੈ, ਜਿਸ ਦੇ ਵਿੱਚ ਔਰਤ ਦੀ ਮੌਤ ਹੋ ਗਈ ਹੈ ਤੇ ਜਦਕਿ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਰੈੱਡ ਲਾਈਟ ਹੋਈ ਪਈ ਸੀ ਤੇ ਸਾਰੇ ਉੱਥੇ ਹੀ ਖੜੇ ਸੀ, ਜਿਸ ਤੋਂ ਬਾਅਦ ਪਿੱਛੋਂ ਆ ਰਹੇ ਇੱਕ ਮਿੱਟੀ ਦੇ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਇਹਨਾਂ ਐਕਟਿਵਾ ਸਵਾਰਾਂ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਇਹਨਾਂ ਨੂੰ ਦਰੜਦਾ ਹੋਇਆ ਕਾਫ਼ੀ ਅੱਗੇ ਤੱਕ ਲੰਘ ਜਾਂਦਾ, ਜਿਸ 'ਚੋਂ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਭਿਆਨਕ ਹਾਦਸਾ ਫਾਜ਼ਿਲਕਾ ਦੇ ਵਿੱਚ ਵਾਪਰਿਆ, ਜਿੱਥੇ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਦੋ ਬੱਚੇ ਆਪਣੀ ਬੂਆ ਨੂੰ ਛੱਡਣ ਦੇ ਲਈ ਘਰ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਕਿ ਜੋ ਜ਼ਖਮੀ ਬੱਚੇ ਹੋਏ ਨੇ ਉਹ ਇੱਕ ਪਿੰਡ ਦੇ ਸਰਪੰਚ ਦੇ ਬੱਚੇ ਦੱਸੇ ਜਾ ਰਹੇ ਨੇ, ਜਦਕਿ ਇੱਕ ਜੋ ਔਰਤ ਦੀ ਮੌਤ ਹੋਈ ਆ ਉਹ ਸਰਪੰਚ ਦੀ ਭੈਣ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੋ ਟਿੱਪਰ ਦਾ ਚਾਲਕ ਸੀ ਉਸਨੂੰ ਵੀ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਉਸਦੀ ਵੀ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ
ਉਸਨੇ ਦੱਸਿਆ ਕਿ ਉਸਦਾ ਕੋਈ ਵੀ ਕਸੂਰ ਨਹੀਂ ਹੈ। ਉਸਦੇ ਬਿਲਕੁਲ ਹੀ ਟਿੱਪਰ ਦੇ ਨਾਲ ਲਿਆ ਕੇ ਕਿਹਾ ਜਾ ਰਿਹਾ ਕਿ ਇਹ ਐਕਟਿਵਾ ਸਵਾਰਾਂ ਦੇ ਵੱਲੋਂ ਐਕਟਿਵਾ ਨਾਲ ਲਾ ਦਿੱਤੀ ਗਈ, ਜਿਸ ਤੋਂ ਬਾਅਦ ਉਹ ਚੱਲਣ ਲੱਗਿਆ ਤਾਂ ਉਹ ਇਸਦੇ ਹੇਠਾਂ ਆ ਗਏ। ਪਰ ਪੁਲਿਸ ਦੇ ਵੱਲੋਂ ਹੁਣ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਲਾਬ ਸਿੰਘ ਝੁੱਗੀਆਂ ਦੇ ਰਹਿਣ ਵਾਲੇ ਜੀ, ਜੋ ਕਿ ਪਿੰਡ ਇਹਨਾਂ ਦਾ ਇੰਟੈਕਸ ਨਾਲ ਪੈ ਜਾਂਦਾ, ਸਰਪੰਚ ਸਾਹਿਬ ਹੈਗੇ ਨੇ ਆਪਣਾ ਰਜਿੰਦਰ ਸਿੰਘ ਸਰਪੰਚ, ਉਹਨਾਂ ਦੇ ਬੱਚੇ ਨੇ, ਜੋ ਕਿ ਉਹਨਾਂ ਟ੍ਰੀਟਮੈਂਟ ਚੱਲ ਰਿਹਾ, ਪੁਲਿਸ ਆਈ ਆਪਣੀ ਵੈਰੀਫਾਈ ਕਰ ਰਹੀ, ਕਰ ਵੀ ਕਰ ਰਹੀ। ਨਾਮ ਬੱਚਿਆਂ ਦਾ ਮੈਨੂੰ ਨਹੀਂ ਯਾਦ ਹੈਗਾ ਜੀ, ਬਸ ਓਨਲੀ ਰਜਿੰਦਰ ਸਿੰਘ ਸਰਪੰਚ ਦਾ ਮੈਨੂੰ ਪਤਾ, ਬਾਕੀ ਇਹਨਾਂ ਦੀ ਉਹ ਇਹਨਾਂ ਦੇ ਅਸਿਸਟੈਂਟ ਸੀਗੇ ਸਰਪੰਚ ਸਾਹਿਬ ਦੇ, ਇਹ ਉਹਨਾਂ ਦਾ ਬੱਚਾ ਜਿਹਨਾਂ ਦੀ ਡੈਥ ਹੋਈ ਹੈ, ਉਹ ਉਹਨਾਂ ਦੀ ਬੇਟੀ ਹੈ ਰਜਿੰਦਰ ਸਿੰਘ। ਇਹ ਫਾਈਲ ਕੇ ਰਹਿ ਰਹੇ ਨੇ ਵੈਸੇ ਆਪਣੇ ਐਮ ਸੀ ਕਲੋਨੀ, ਇੱਥੋਂ ਦੇ ਤਾਂ ਭੂਆ ਨੂੰ ਛੱਡਣ ਚੱਲੇ ਸੀ, ਭੂਆ ਨੂੰ ਛੱਡਣ ਚੱਲੇ ਸੀਗੇ ਅਤੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ। ਭੂਆ ਨੂੰ ਕਿੱਥੇ ਜਾਣਾ ਸੀ ਪਤਾ ਨਹੀਂ, ਇਹਨਾਂ ਨਹੀਂ ਪਤਾ ਵੀ ਕਿੱਥੇ ਜਾਣਾ ਸੀ, ਕਿੱਥੇ ਜਾਣਾ। ਮੈਂ ਵੀ ਅਮਰ ਬਾਜ਼ਾਰ ਜਾਣਾ ਸੀ, ਸ਼ਾਇਦ ਬਾਜ਼ਾਰ ਚੱਲੇ ਸੀਗੇ, ਐਜੈਸਟ ਮੈਨੂੰ ਬੁਲਾਇਆ ਗਿਆ, ਮੈਂ ਆਇਆ, ਹੁਣ ਦੇਖਣਾ ਹੀ ਹੈ ਕੀ ਹੋਇਆ ਕੀ ਹੋਇਆ। ਹੁਣ ਹਾਲਾਤ ਕਿਵੇਂ ਨੇ? ਹੁਣ ਹਾਲਾਤ ਦੋ ਬੱਚੇ ਤਾਂ ਸੱਟਾਂ ਲੱਗੀਆਂ ਹੋਈਆਂ ਨੇ, ਮੁੰਡੇ ਦਾ ਪੈਰ ਫ੍ਰੈਕਚਰ, ਛੋਟੇ ਦਾ ਪਿੱਛੇ ਮੁੰਡਾ ਹੈ ਲੱਗਦਾ, ਅਤੇ ਗੁੜੀਆਂ ਨੂੰ ਕਾਫੀ ਸੱਟਾਂ ਲੱਗੀਆਂ ਨੇ, ਅਤੇ ਜਿਹੜਾ ਉਹਨਾਂ ਦੀ ਸਿਸਟਰ ਸੀਗੀ ਉਹਨਾਂ ਸ਼ਾਇਦ ਡੈਥ ਹੋ ਸਕੀ। ਤਿੰਨ ਜਣੇ ਤਿੰਨ ਜਣੇ